ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਜਿੱਥੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਅੰਦਰ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸਦੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉੱਥੇ ਮਾਝੇ ਇਲਾਕੇ ਦਾ ਪ੍ਰਸਿੱਧ ਅਥਲੀਟ ਗਗਨਦੀਪ ਸਿੰਘ ਵੜੈਂਚ, ਜੋ ਹਦਾਇਤਪੁਰ ਮਜੀਠਾ ਦਾ ਵਸਨੀਕ ਹੈ, ਉਸ ਦੇ ਵੱਲੋਂ ਹਰ ਹਲਕੇ ਦੇ ਵਿੱਚ 20-25 ਕਿਲੋਮੀਟਰ ਦੌੜ ਲਗਾ ਕੇ ਲੋਕਾਂ ਤੇ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖਿਲਾਫ਼ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਪਾਣੀਆਂ ਦੀ ਚਿੰਤਾ ਕਰਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਅੱਜ ਉਹਨਾਂ ਵੱਲੋਂ ਆਪਣੀ ਦੌੜ ਦੇ ਨਵੇਂ ਪੜਾਅ ਦੇ ਵਿੱਚ ਸਥਾਨਕ ਗਾਂਧੀ ਚੌਂਕ ਬਟਾਲਾ ਤੋਂ ਰਾਏ ਚੱਕ ਤੱਕ ਦੌੜ ਲਗਾਈ ਗਈ। ਇਸ ਮੌਕੇ ਰਸਤੇ ਵਿੱਚ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕੁਲਮੀਤ ਕੌਰ ਕਰਵਾਲੀਆਂ ਨੇ ਵੀ ਗਗਨਦੀਪ ਸਿੰਘ ਹਦਾਇਤਪੁਰ ਦਾ ਸਵਾਗਤ ਕਰ ਉਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਪਿੰਡ ਤਾਰਾਗੜ੍ਹ ਅਤੇ ਕਰਵਾਲੀਆਂ ਦੇ ਸਰਪੰਚ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹਾਜ਼ਰ ਸਨ। ਪਿਛਲੇ ਇੱਕ ਸਾਲ ਤੋਂ ਮੈਂ ਨਸ਼ਿਆਂ ਦੇ ਖਿਲਾਫ਼ ਜਿਹੜਾ ਹਰ ਹਲਕੇ ਵਿੱਚ ਇੱਦਾਂ 20-25 ਕਿਲੋਮੀਟਰ ਦੌੜ ਲਗਾ ਕੇ ਨੌਜਵਾਨ ਨੂੰ ਅਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ। ਸੋ ਅੱਜ ਅਸੀਂ ਮਜੀਠਾ ਸਾਡਾ ਨਵਾਂ ਹਲਕਾ ਹੈ, ਫਤਿਹਗੜ੍ਹ ਚੂੜੀਆਂ ਹਲਕਾ ਦੇ ਵਿੱਚ ਵੀ ਦੌੜ ਲਗਾ ਕੇ ਰਾਏ ਚੱਕ ਤੱਕ ਦੌੜ ਲਗਾਉਣੀ ਹੈ ਗਾਂਧੀ ਚੌਂਕ ਤੋਂ ਸ਼ੁਰੂ ਹੋ ਕੇ ਬਟਾਲਾ ਤੋਂ। ਸੋ ਅਸੀਂ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ, ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਾਂ, ਪੰਚਾਇਤਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਨਸ਼ੇ ਤੋਂ ਦੂਰ ਰਹਿ ਕੇ ਆਪਾਂ ਜਿਹੜਾ ਵਧੀਆ ਸਮਾਜ ਜਿਹੜੀ ਸਿਰਜਣਾ ਕਰੀਏ। ਔਰ ਦੂਜਾ ਮੁੱਦਾ ਸਾਡਾ ਪਾਣੀ ਦਾ ਹੈ ਕਿ ਅਸੀਂ ਪਾਣੀ ਨੂੰ ਵੀ ਬਚਾਉਣਾ ਹੈ ਅਤੇ ਪਾਣੀ ਦੇ ਮੁੱਦੇ ਉੱਤੇ ਵੀ ਅਸੀਂ ਇਕਮਤ ਹੋਣਾ ਹੈ। ਭਾਵੇਂ ਕਿਸੇ ਪਾਰਟੀ ਨਾਲ ਉਹ ਸੰਬੰਧ ਰੱਖਦਾ ਹੈ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਆਪਣੇ ਆਪਸੀ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਜਿਹੜੀ ਜ਼ਰੂਰਤ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕੁਲਮੀਤ ਕੌਰ ਕਰਵਾਲੀਆਂ ਬੋਲ ਰਹੀ ਹਾਂ। ਅੱਜ ਮੇਰਾ ਵੀਰ ਗਗਨਦੀਪ ਸਿੰਘ ਹਦਾਇਤਪੁਰ, ਜੋ ਕਿ ਜਿੰਨੇ ਨੇ ਪਿਛਲੇ ਸਾਲ ਤੋਂ ਇਹ ਰਨਿੰਗ ਕਰ ਰਿਹਾ ਵਾ, ਅਤੇ ਅੱਜ ਸਾਡੇ ਹਲਕੇ ਜ਼ਿਲ੍ਹਾ ਹਲਕਾ ਫਤਿਹਗੜ੍ਹ ਚੂੜੀਆਂ ਦੀ ਵਾਰੀ ਸੀ। ਇਹ ਡੇਰਾ ਗਾਂਧੀ ਚੌਂਕ ਤੋਂ ਲੈ ਕੇ ਅਤੇ ਰਾਏ ਚੱਕ ਤੱਕ ਦੌੜ ਲਗਾ ਰਿਹਾ। ਅਸੀਂ ਆਪਣੇ ਪਿੰਡ ਕਰਵਾਲੀਆਂ ਦੇ ਮੋੜ 'ਤੇ ਅਸੀਂ ਸਾਰੇ ਸਰਪੰਚ ਸਾਹਿਬਾਨ ਸਰਦਾਰ ਸਤਨਾਮ ਸਿੰਘ ਸੰਘਾ, ਰਵਿੰਦਰ ਸਿੰਘ ਸੰਘਾ ਅਤੇ ਮੇਰੇ ਵੀਰ ਤਾਰਾਗੜ੍ਹ ਤੋਂ ਕਾਲਾ ਅਤੇ ਅੰਕਲ ਜੀ ਕੁਲਜੀਤ ਸਿੰਘ ਅਤੇ ਸਾਰਾ ਹੀ ਮਤਲਬ ਸਾਰੀ ਪੰਚਾਇਤ ਜਿਹੜੀਆਂ ਅਸੀਂ ਦੋਵਾਂ ਪਿੰਡਾਂ ਦੀ ਅਤੇ ਜੋੜਾ ਸਿੰਘਾਂ ਦੀ ਜਿਹੜੀ ਆ ਉਹ ਹੀ ਇਹਦਾ ਸਵਾਗਤ ਕਰਨ ਲਈ ਪਹੁੰਚੇ ਹਾਂ ਇੱਥੇ, ਤਾਂ ਜੋ ਸਾਰੇ ਹੀ ਮਤਲਬ ਕਿ ਪੰਚਾਇਤ ਮੈਂਬਰ, ਸਰਪੰਚ ਸਾਹਿਬਾਨ ਅਤੇ ਆਮ ਪਬਲਿਕ ਜਿਹੜੀ ਆ ਇਹਦਾ ਮੈਸੇਜ ਜਿਹੜਾ ਵਾ ਹਰੇਕ ਤੱਕ ਪਹੁੰਚਾ ਸਕੇ ਅਤੇ ਅਸੀਂ ਨਸ਼ਾ ਜਿਹੜਾ ਵਾ ਉਹ ਖਤਮ ਕਰ ਸਕੀਏ। ਗਗਨਦੀਪ ਸਿੰਘ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈ ਨਸ਼ਿਆਂ ਦੇ ਵਿਰੁੱਧ, ਅਤੇ ਨਾਲ ਹੀ ਉਹਨਾਂ ਨੇ ਜਿਹੜਾ ਪਾਣੀਆਂ ਦਾ ਮੁੱਦਾ ਚੁੱਕਿਆ ਹੋਇਆ ਉਹ ਇੱਕ ਬਹੁਤ ਗੰਭੀਰ ਅਤੇ ਵਧੀਆ ਮੁੱਦਾ ਹੈ, ਕਿਉਂਕਿ ਜੇ ਅਸੀਂ ਪੰਜਾਬ ਦੇ ਪਾਣੀਆਂ ਬਾਰੇ ਨਹੀਂ ਸੋਚਾਂਗੇ ਤਾਂ ਸਾਡਾ ਜਿਹੜਾ ਪੰਜਾਬ ਹੈ ਕੱਲ੍ਹ ਨੂੰ ਰੇਗਿਸਤਾਨ ਦੇ ਵਿੱਚ ਕਨਵਰਟ ਹੋ ਜਾਏਗਾ। ਸਾਨੂੰ ਆਪਣੇ ਰੇਨ ਹਾਰਵੈਸਟਿੰਗ ਕਰਨੀ ਚਾਹੀਦੀ ਆ, ਜਿੰਨੇ ਵੀ ਸਾਡੇ ਪੁਰਾਣੇ ਛੱਪੜ ਆ ਫਿਰ ਛੱਪੜਾਂ ਨੂੰ ਉਹਨਾਂ ਹੀ ਫੋਰਮ ਦੇ ਵਿੱਚ ਲਿਆਉਣਾ ਪਏਗਾ, ਕਿ ਜਿਹੜੀ ਬਾਕੀ ਜਿਵੇਂ ਡਰੇਨ ਸਿਸਟਮ ਆ ਡਰੇਨ ਸਿਸਟਮ ਦਾ ਵੀ ਕੋਈ ਇਲਾਜ ਕਰਨਾ ਕਿ ਜੋ ਪਾਣੀ ਆ ਸਾਡੀ ਧਰਤੀ ਵਿੱਚ ਜਾਵੇ ਤਾਂ ਕਿ ਸਾਡੇ ਪਾਣੀ ਦਾ ਲੈਵਲ ਉੱਪਰ ਆ ਸਕੇ। ਅਸੀਂ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਵੀ ਬੋਤਲਾਂ ਵਾਲਾ ਪਾਣੀ ਪੀ ਰਹੇ ਹਾਂ, ਸਾਰਾ ਪਾਣੀ ਆਪਣੇ ਪੀਣ ਯੋਗਾ ਹੋ ਸਕੇ। ਅਤੇ ਮੈਂ ਬਟਾਲਾ ਤੋਂ ਰਿੰਕੂ ਰਾਜਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।